ਰਹੀ ਮੇਰੇ ਵੱਲੋਂ ਮੈਂ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਅਸਲਾਮ ਅਲੈਕੁਮ। ਮੇਰੀ ਦੁਆ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਤੁਹਾਡੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰੇ, ਸਦਾ ਹੱਸਦੇ ਰਹੋ, ਮੁਸਕਰਾਉਂਦੇ ਰਹੋ। ਇਸ ਦੁਆ ਦੇ ਨਾਲ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ। ਅੱਛਾ ਜੀ, ਸ਼ਾਮ ਦਾ ਟਾਈਮ ਹੋ ਗਿਆ, ਸ਼ਾਮ ਦਾ ਖਾਣਾ ਬਣਾਉਣ ਲੱਗੇ ਹਾਂ ਅਤੇ ਅੱਜ ਅਸੀਂ ਪਕਾਉਣੇ ਹਾਂ ਜੀ ਬੈਂਗਣ ਬਤਾਊ ਜਿਹਨੂੰ ਬੋਲਦੇ ਆ। ਅਤੇ ਬੱਚਿਆਂ ਨੇ ਆ ਦੇਖੋ ਮੇਰੀ ਛੁਰੀ ਨੂੰ ਸਾਰੇ ਅੱਗੇ ਨਾ ਖਰਾਬ ਕਰਤਾ, ਧੰਦੇ ਪਾ ਦਿੱਤੇ, ਧੰਦੇ ਪਾ ਦਿੱਤੇ। ਇਹ ਮੋਹਿਤ ਬੇਟੇ ਦੇ ਕੰਮ ਹੋਣੇ, ਹੋਰ ਕਿਸੇ ਬੇਟੇ ਹੁਣ ਸਬਜ਼ੀ ਨਹੀਂ ਕੱਟੀ ਜਾ ਰਹੀ। ਸਹੀ ਆ ਜੀ, ਮੋਹਿਤ ਨੂੰ ਤਾਂ ਕਿਰਨ ਨਾਲ ਕੋਈ ਜ਼ਿਆਦਾ ਹੀ ਗਰਮੀ ਲੱਗਦੀ ਆ, ਨਹਾਉਂਦੇ ਰਹੇ ਆ। ਹੁਣ ਇਹਦੀ ਇਹਨਾਂ ਦੀ ਨਹਾਈ ਕਰਾ ਕੇ ਇਹਨਾਂ ਦੇ ਕੱਪੜੇ ਬਦਲਾ ਦਿਓ, ਠੀਕ ਹੈ ਨਾ? ਛੁਰੀ ਖਰਾਬ ਹੋ ਗਈ ਆ, ਹੁਣ ਮੈਂ ਇਹਨੂੰ ਤੇਜ਼ ਕਰਵਾਊਂਗਾ ਇਹਨੂੰ। ਫਿਲਹਾਲ ਤੇ ਮੇਰਾ ਹਜੇ ਟਾਈਮ ਹੈ ਨਹੀਂ ਗਾ ਨਾ ਬੇਟਾ, ਗਿਰ ਜਾਊਗੀ, ਹਜੇ ਛੋਟੀ ਆ, ਛੋਟੀ ਨਹੀਂ ਖੜੀ ਹੋ ਸਕਦੀ, ਹਜੇ ਨਹੀਂ ਹੋ ਸਕਦੀ, ਚੋਟ ਲੱਗ ਜਾਊਗੀ ਮੋਈਜ਼ਾ, ਨਹੀਂ ਹੋ ਸਕਦੀ ਬੇਟਾ, ਨਾ ਮੇਰੇ ਬੇਟਾ ਬੱਚੇ ਛੋਟੀ ਜਈ ਆ, ਨੰਨੀ ਮਨੀ ਬੇਟਾ, ਉਹ ਤਾਂ ਬੈਠਣ ਲੱਗੀ ਹਜੇ, ਹੁਣ ਇੱਥੇ ਕਰਕੇ ਬਿਠਾਓ। ਹਾਂਜੀ, ਇਹ ਦੁੱਧ ਦਾ ਲੈ ਕੇ ਮੱਚਦਾ ਵਾ, ਮੱਗ ਲਓ, ਉਹ ਦੇਸੀ ਲਓ, ਇਹਦਾ ਖਿਆਲ ਰੱਖਿਆ ਛੁੱਟੀ ਤੱਕ, ਉਹ ਦੇਸੀ ਲਓ, ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਓ, ਪਾਈਆ ਲਓ, ਚੀਨੀ ਖੋਰੋ ਅਤੇ ਫਿਰ ਇਹ ਦੁੱਧ ਪਾਓ। ਚਲੋ ਪਹਿਲਾਂ ਪਾਣੀ ਵਿੱਚ ਚੀਨੀ ਖੋਰਨੀ, ਠੀਕ ਹੈ ਨਾ? ਅੱਛਾ ਜੀ, ਮੈਂ ਬਸ ਸੁਬਾਹ ਸ਼ਾਦੀ ਤੇ ਜਾਣੇ ਵਾਸਤੇ ਤਿਆਰੀ ਮੇਰੇ ਖਿਆਲ ਮੈਂ ਹੀ ਕਰ ਰਹੀ। ਨਹੀਂ ਦੋਨੇ ਪਿਆਰੇ ਆਪਣੀ ਜਗ੍ਹਾ, ਮੈਨੂੰ ਵੈਸੇ ਨਾ ਉਹ ਜ਼ਿਆਦਾ ਲੱਗਦਾ ਪਿਆਰ, ਮੈਨੂੰ ਇਹ ਪਿਆਰ ਲੱਗਦਾ। ਮੈਂ ਵੀ ਦੇਖਿਓ 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 ਮੈਂ ਵੈਸ਼ਨੂੰ ਜਦੋਂ ਤੱਕ ਸ਼ਾਦੀ ਤੇ ਸੁਬਾਹ ਤਕਰੀਬਨ 11 ਕੁ ਵਜੇ ਜਾਣਾ ਤੁਸੀਂ, ਤੇ ਪਤਾ ਨੀ ਮੈਂ ਵੈਸ਼ ਦੀਆਂ ਕਿੰਨੀਆਂ ਸਲਾਵਾਂ ਬਣਨੀਆਂ ਹਜੇ, ਇਹ ਪਤਾ ਨੀ ਪਾਣਾ ਕਿ ਨਹੀਂ ਪਾਣਾ, ਇਹ ਵੀ ਕੋਈ ਪਤਾ ਨਹੀਂ। ਮੈਂ ਲੱਗਾ ਲੱਗਾ ਤਾਰ ਕੱਢਣ, ਬਸ ਮੈਂ ਲੱਗਾ ਤਾਰ ਕੱਢਣ, ਅਸੀਂ ਕਹਿੰਦੀ ਮੇਰੀ ਜੁੱਤੀ ਪਾਕ ਚੈੱਕ ਕਰ ਲਓ, ਬੰਦ ਉਹਦੇ ਨਾਲ ਜੀ ਹੈ ਵੀ, ਇਕੱਲੀ ਵੀ ਪੈ ਜਰਾਬਾ ਤਾਂ ਬਗੈਰ ਵੀ ਪੈਂਦੀ ਆ, ਮੰਮੀ ਦੇ ਪਿੱਛੇ ਵੀ ਮੰਮੀ ਨੂੰ ਚੱਕ ਲੈ। ਅੱਛਾ ਜੀ, ਇਹਨਾਂ ਬੇਟੀ ਕਹਿੰਦੀ ਕੋਈ ਨਾ ਕੋਈ ਮੈਨੂੰ ਚੱਕ ਲਓ, ਤੇ ਮੈਂ ਇਕੱਲਾ ਆ ਘਰ, ਮੇਰੇ ਕੰਮ ਵੀ ਖਤਮ ਹੋ ਗਏ ਨਾ। ਹਾਏ ਹਾਏ, ਅੱਛਾ ਮੈਂ ਸਵੇਰੇ ਥੋੜੀ ਜੀ ਸ਼ਾਪਿੰਗ ਕਰ ਲਈ, ਫਿਰ ਅੱਗੇ ਵਲੀਮੇ ਤੇ ਜਾਈਏ, ਉਹ ਪਾ ਵੈਸੇ ਇਹਨਾਂ ਫਿਰ ਅੱਜ ਦੇ ਕੰਮ ਹੀ ਕਰਨਾ।
ਚਲੋ ਦੇਖ ਲੋ ਸਾਡਾ ਤਾਂ ਨਾ ਕੰਮ ਕਾਫੀ ਸਾਰਾ ਅਜੇ ਨਹੀਂ ਮੈਂ ਤੁਹਾਨੂੰ ਕੋਈ ਲਾਣਾ ਨੀ ਲਾਇਆ ਹੋਇਆ ਅੰਮੀ ਜੀ ਮੈਂ ਲਾਇਆ ਲਾ ਰਿਹਾ ਦੱਸੋ ਮੈਂ ਕਹਿਣਾ ਨਹੀਂ ਜਾਣਾ ਮੇਰੇ ਤਾਂ ਕੰਮ ਹੀ ਬਹੁਤ ਆ ਮੈਂ ਕੁਝ ਨਹੀਂ ਕਣਕ ਵੀ ਇਕੱਠੀ ਕਰਨ ਵਾਲੇ ਤਾਂ ਇੱਕ ਪਾਸੇ ਰਹਿ ਗਿਆ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਸਵੇਰੇ ਜਾਣਾ ਕੋਈ ਨਹੀਂ ਉਹ ਅੱਜ ਰੱਖ ਦਿਓ ਨਾ ਪਤਾਇਆ ਆ ਜੀ ਸਵੇਰੇ ਨਾ ਉਹਨਾਂ ਨੇ ਕਿਹਾ ਤੇ ਨਾ ਉਹਨਾਂ ਨੇ ਜਾਣਾ ਨਹੀਂ ਨਹੀਂ ਮੈਂ ਸਵੇਰ ਤਿਲੀ ਬੀਜਣੀ ਆਪਣੀ ਤਿਲੀ ਬੀਜੀ ਥੋੜੀ ਟਿੱਬੇ ਦੇ ਬੀਜਣੀ ਥੋੜੀ ਤਿਲੀ ਥੋੜੀ ਜਿਹਾ ਜੰਤਰੀ ਦਾ ਆਰਾਮ ਲਾ ਕੇ ਨਾ ਸਾਰਾ ਕੁਝ ਤੇ ਦੇਖੀਏ ਵੀ ਆਏ ਵਾਲੇ ਦੇ ਗਈਆਂ ਨਾ ਕਿਹਨੇ ਨੂੰ ਕੋਈ ਫਸਲ ਦੇਖੀ ਉਹ ਚਲੋ ਮੈਂ ਹੁਣ ਰੱਖਾ ਤਾਂ ਆਪਣੀ ਕੁੜੀ ਖੜਾ ਜਿਵੇਂ ਰੱਖੇ ਤਾਂ ਬਤਾ ਹੁਣ ਲੈ ਕੇ ਤੁਸੀਂ ਖੁਦ ਗਿਆ ਸੀ ਲੈ ਕੇ ਆਏ ਉਹ ਸਵੇਰਾ ਕਹਿੰਦੇ ਸਬਜ਼ੀ ਮੈਂ ਬਣਾ ਲਈ ਹੈ ਤੇ ਹੁਣ ਚੁੱਲ੍ਹੇ 'ਚ ਅੱਗ ਜਿਹੜੀ ਹੈ ਨਾ ਜਲਾ ਰਹੀ ਹਾਂ ਤੇ ਇਹ ਜਿਹੜੀ ਤੇਲ ਖਤਮ ਹੋ ਗਿਆ ਖਤਮ ਹੋ ਗਿਆ ਚਲੋ ਹੁਣ ਢੱਕਣ ਖੋਲ ਲਓ ਥੋੜ੍ਹਾ ਜਿਹਾ ਹੈਗਾ ਹੱਥ ਕੰਦੇ ਹੋ ਜਾਣੇ ਤੁਸੀਂ ਖੋਲੋ ਮੈਂ ਤਾਂ ਨਾ ਕਣੀਆਂ ਦੁੱਧ 'ਚ ਸਮੈਲ ਆਉਣ ਲੱਗ ਪਈ ਇੱਕ ਮਿੰਟ ਮੈਂ ਆਹ ਕੱਪੜੇ ਨੂੰ ਖੋਲਦਾ ਅੱਜ ਹੀ ਆਸੀਨ ਨੇ ਚੁੱਲ੍ਹੇ 'ਚ ਅੱਗ ਜਲਾ ਲਈ ਆ ਅਤੇ ਬਾਲਾਂ ਨੇ ਇਹਨੂੰ ਬਹੁਤ ਜਮ੍ਹਾਂ ਕੀਤਾ ਹੋਇਆ ਕੋਲ ਕਾਫੀ ਜ਼ਿਆਦਾ ਜਮ੍ਹਾਂ ਕਰ ਲਿਆ ਸਹੀ ਆ ਚਲੋ ਹਾਂਜੀ ਸ਼ਾਮ ਹੋ ਗਈ ਕਹਿੰਦੇ ਸੋਢੀ ਭਾਬੀ ਮੈਂ ਕਿਹਾ ਹਾਂਜੀ ਕਹਿੰਦੇ ਮੈਨੂੰ ਲੰਬੇ ਵਾਲ ਪਸੰਦ ਆ ਪਿੱਛੋਂ ਹੱਸ ਰਿਹਾ ਪਿੱਛੇ ਕਹਿੰਦੇ ਸਾਨੂੰ ਤਾਂ ਸਭ ਨੂੰ ਲੰਬੇ ਵਾਲ ਆ ਅਤੇ ਜਦੋਂ ਅੱਲਾ ਭਲਾ ਵੀ ਅਗਰ ਨਾ ਹੋਣ ਤਾਂ ਇੰਨੇ ਲੰਬੇ ਵੀ ਕਿਰ ਜਾਣ ਅਤੇ ਫਿਰ ਕੁਝ ਨਹੀਂ ਕਰ ਸਕਦਾ ਫਿਰ ਤੇਰਾ ਵਾਸ ਆ ਅਤੇ ਉਹ ਕਹਿੰਦੇ ਵਾਲ ਦੇ ਬੰਦਿਆਂ ਨੂੰ ਪਸੰਦ ਆ ਜਦੋਂ ਉਹਨਾਂ ਦੇ ਵਿਚਾਰੇ ਦੇ ਕਿਰ ਜਾਂਦੇ ਤਾਂ ਫਿਰ ਕੀ ਕਰ ਸਕਦੇ ਪਿਆਜ਼ ਟਮਾਟਰ ਮਿਰਚ ਅੱਛੀ ਤਰ੍ਹਾਂ ਫਰਾਈ ਹੋ ਗਿਆ ਸੁੱਕੇ ਮਸਾਲੇ ਐਡ ਕਰ ਲੈਂਦੇ ਹਾਂ ਮਸਾਲੇ 'ਚ ਜਿਹੜਾ ਭੁੱਜੀ ਆ ਅਤੇ ਹੁਣ ਅਸੀਂ ਬਤਾਊਂ ਔਰ ਆਲੂ ਐਡ ਕਰਾਂਗੇ ਹਾਂਜੀ ਜਿਵੇਂ ਕਿ ਫੇਵਰੇਟ ਸਬਜ਼ੀ ਆ ਜੀ ਬਿਲਕੁਲ ਮੈਂ ਨਾ ਬੜੇ ਸ਼ੌਕ ਨਾਲ ਖਾਣਾ ਜੀ ਪਸੰਦ ਆ ਮੈਨੂੰ ਹਿਬਾ ਤੁਹਾਡੀ ਬੇਟੀ ਕੀ ਕਹਿੰਦੀ ਜੀ ਉਹਨੂੰ ਨਹੀਂ ਪਸੰਦ ਕਹਿੰਦੀ ਕਿਉਂ ਪਾਉਣ ਲੱਗੀ ਮੈਂ ਖਾਣਾ ਯਾਨੀ ਕਿ ਬੇਟਾ ਹੋਰ ਮੈਂ ਤਾਂ ਕੀ ਲੈ ਕੇ ਆਵਾਂ ਟੀਂਡੀਆਂ ਆ ਕਰੇਲੇ ਆ ਅਤੇ ਗੋਭੀ ਆ ਬਸ ਆਹੀ ਚੀਜ਼ ਆ ਮੈਨੂੰ ਕਹਿੰਦੀ ਇਹ ਕੋਈ ਖਾਣੇ ਦੀ ਸਬਜ਼ੀ ਮੈਂ ਕਿਹਾ ਵੀ ਕਿਉਂ ਜਾ ਕੇ ਅੱਬੂ ਜੀ ਤਾਂ ਬਹੁਤ ਸ਼ੌਕ ਨਾਲ ਖਾਂਦੇ ਮੈਂ ਵੀ ਖਾਂਦਾ ਮੈਂ ਬੀਜ ਨਿਕਾਲ ਦਿੱਤੇ ਸਾਰੇ ਰੱਬੀ ਭਾਈ ਜਾਸੀ ਵੀ ਬੜਾ ਸ਼ੌਕ ਨਾਲ ਖਾਂਦਾ ਕਹਿੰਦਾ ਤੇ ਮੇਰਾ ਦਿਲ ਕਰਦਾ ਪੌਦੇ ਲਿਆ ਕੇ ਲਾਵਾਂ ਸਵਾਦੀਆਂ ਨੂੰ ਰੋਜ਼ਾਨਾ ਕਹਿੰਦਾ ਵੀ ਤਾਂ ਪਕਾ ਲੈ ਸਹੀ ਪਸੰਦ ਹੁੰਦੀ ਹਰ ਇੱਕ ਦੀ ਆਪਣੀ ਲੇਕਿਨ ਮੈਨੂੰ ਅੱਛੇ ਲੱਗਦੇ ਥੋੜ੍ਹਾ ਥੋੜ੍ਹਾ ਨਾ ਘੀ ਹੋਏ ਵਿੱਚ ਠੀਕ ਹੈ ਨਾ ਅੱਛਾ ਜੀ ਪੂਰੀ ਮੈਂ ਬਾਲਟੀ ਬਾਲਟੀ ਨਹੀਂ ਇੰਨਾ ਵੀ ਖੁਦ ਖਰਚਾ ਨਹੀਂ ਕਰਨਾ ਚਾਹੀਦਾ ਜੀ ਬੇਟਾ ਉਹ ਹਿਰਨ ਦੇਖੋ ਸਾਲਨ ਬਣ ਗਿਆ ਵਾ ਚਲੋ ਪਕਾਓ ਤਾਂ ਸਹੀ ਹੈ ਵੀ ਸਹੀ ਬੇਟਾ ਇੱਥੇ ਤੇ ਖਾ ਲੈਂਦੇ ਤੇ ਇੱਥੇ ਬੈਗ ਖਾ ਲਓ ਕਿੱਥੇ ਪੜੇ ਹੋਰ ਖੋਲਣ ਨਹੀਂ ਸਹੀ ਉਹ ਸਾਰੇ ਜਣੇ ਛੱਤ ਤੇ ਗਏ ਪਿਆਜ਼ ਵੀ ਛੱਤ ਤੇ ਗਿਆ ਨਾ ਫਿਰ ਮੈਂ ਲੱਗੀ ਫਿਰ ਉਹ ਪਿਆਜ਼ ਦੇਖੀ ਹੈ ਤਾਂ ਇੰਨੀ ਛੁਰਲੀ ਚੱਲਦੀ ਆ ਇਹਦਾ ਖਿਆਲ ਰੱਖਿਓ ਗਿਰਦੀ ਕਿਤੇ ਮੈਂ ਤਾਂ ਕਹਿੰਦੀ ਥੱਲੇ ਉੱਤਰ ਜਾਓ ਉਹਨੂੰ ਕੀ ਪਤਾ ਚੱਲਣਾ ਇਹਨੂੰ ਅਜੇ ਕੋਈ ਪਤਾ ਨਹੀਂ ਛੋਟੀ ਆ ਇਹ ਤਾਂ ਚਾਰ ਪਾਏ ਤੋਂ ਗਿਰ ਜਾਂਦੀ ਹੈ ਜੀ ਉਹ ਤੇ ਫੇਰ ਹਾਂ ਪਟਕ ਕਰਕੇ ਜਾਂਦੀ ਚਾਰ ਪਾਏ ਤੇ
ਲੇਕਿਨ ਨਾ ਜਿਹੜੀਆਂ ਉੱਚੀਆਂ ਚਾਰ ਪਾਈਆਂ ਨਾ ਉਹਨਾਂ ਤੋਂ ਗਿਰ ਜਾਂਦੀ, ਜਿਹੜੀ ਛੋਟੀ ਚਾਰ ਪਾਈ ਉਹਦੇ ਤੋਂ ਉਤਰ ਜਾਂਦੀ, ਉਹ ਲੱਤਾਂ ਨੀ ਲੱਗਦੀਆਂ ਨਾ ਨੀਚੇ ਜ਼ਮੀਨ ਤੇ। ਦੇਖ ਕੇ ਨਾ ਤੂੰ ਆਂਦੀ ਹੈ ਮੈਨੂੰ ਵੀ ਥੱਲੇ ਛੱਡੋ ਤੇ ਮੈਨੂੰ ਵੀ ਟੋਰੋ, ਅਜ ਛੋਟੀ ਹੈ ਨਾ ਸਪੀਡ ਲਾਈ ਫਿਰਦੀ। ਫਿਰ ਆਪਾਂ ਦਾਣੇ ਦਿੱਤੇ ਆ ਉਹਨਾਂ ਨੂੰ ਵਾਢਿਆਂ ਨੂੰ, ਉਹ ਕਹਿੰਦੇ ਮੈਂ ਪੁੱਛਿਆ ਨਾ ਭੈਣ ਨੂੰ ਮੈਂ ਕਿਹਾ ਵੀ ਕਿਸ ਤਰ੍ਹਾਂ ਦੀ ਰੋਟੀ ਪੱਕਦੀ, ਕਹਿੰਦੀ ਇੰਨੀ ਪਿਆਰੀ ਰੋਟੀ ਪੱਕਦੀ ਆ, ਕਹਿੰਦੀ ਸਫੇਦ ਚਿੱਟੀ ਰੋਟੀ ਨਰਮ ਮੈਦੇ ਦੀ ਹੁੰਦੀ ਆ। ਜ਼ਰੂਰੀ ਨੀ ਨਹਿਰ ਦੇ ਪਾਣੀ ਦੀ ਗੱਲ ਹੁੰਦੀ, ਲੇਕਿਨ ਉਹ ਬੋਰ ਦੇ ਹੀ ਲੱਗੇ ਸੀ ਟਿੱਬੇ ਤੇ ਨਹਿਰ ਦਾ ਕੋਈ ਲੱਗਾ ਨਹੀਂ, ਬੀਜ ਦਾ ਫਰਕ ਹੁੰਦਾ। ਚਲੋ ਪਕਾ ਲਓ ਰੋਟੀ। ਕੀ ਹੋਇਆ ਦੇਖਣ ਨੂੰ? ਛੋਟੇ ਬੇਬੀ ਨੂੰ ਨਲਾ ਰਹੇ ਸੀ, ਉਹ ਕੰਨਾਂ ਚ ਨਾ ਪਤਾ ਨੀ ਕੀ ਲਗਾਉਂਦੇ, ਉਹਦੇ ਨਾਲ ਪਾਣੀ ਨੀ ਜਾਂਦਾ ਕੰਨਾਂ ਚ, ਸ਼ਾਇਦ ਆਪਣੇ ਸ਼ੌਕ ਆਜ਼ਮਾ ਵੀ ਮਿਲਣ ਤੇ ਮੈਂ ਹੀਰਾ ਵਾਸਤੇ ਉਹ ਲਿਆ। ਕਤਰੇ ਪਾ ਦਿਓ ਕੰਨ ਚ, ਕਿਉਂਕਿ ਗਲੂਕੋਨ ਨਾਲ ਕੰਨ ਦਰਦ ਜਿਹੜੀ ਹੈ ਨਾ ਉਹ ਖਤਮ ਹੋ ਜਾਊਗੀ। ਠੀਕ ਸੂਟ ਸਿਲਾਈ ਕਰਦੀ ਸੀ ਨਾ ਤੇ ਉਹਨੂੰ ਤੀਰਾ ਲਗਾਉਣਾ ਸੀਗਾ ਤੇ ਸ਼ਲਵਾਰ ਪੂਰੀ ਕੰਨੇ ਵਾਲੀ ਰਹਿੰਦੀ ਸੀਗੀ, ਫਿਰ ਉਹ ਮੈਂ ਵਿਸ਼ ਕੋ ਲੱਗ ਨਹੀਂ ਸੀ ਰਿਹਾ ਸੀ, ਫਿਰ ਮੈਂ ਉਹ ਤੀਰਾ ਲਗਾਇਆ ਫੁੱਫੋ ਦੀ ਕਮੀਜ਼ ਨੂੰ ਕਟਾਈ ਕਰਕੇ ਪਿੱਛੇ ਤੀਰਾ ਲਗਾਇਆ, ਫਿਰ ਫੁੱਫੋ ਦੀ ਸ਼ਲਵਾਰ ਜਿਹੜੀ ਹੈ ਸੀ ਉਹਨੂੰ ਵੀ ਪੂਰੀ ਕੀਤਾ ਅਤੇ ਟਫ ਲਗਾਈ, ਮੈਂ ਵਿਸ਼ ਨੇ ਉਲਟੀ ਲਗਾ ਲਈ ਸੀਗੀ, ਫਿਰ ਦੁਬਾਰਾ ਮੈਂ ਉਤਾਰੀ, ਉਤਾਰ ਕੇ ਫਿਰ ਮੈਂ ਸੈੱਟ ਕਰਕੇ ਦੁਬਾਰਾ ਫਿਰ ਲਗਾਈ। ਚਲੋ ਕੋਈ ਨਹੀਂ, ਆਸਤ ਆਸਤ ਆਉਂਦੀ। ਹਾਂ ਮੈਂ ਕਿਹਾ ਤੂੰ ਮੈਨੂੰ ਪੁੱਛ ਲੈਣਾ ਸੀ, ਕਹਿੰਦੀ ਭਾਬੀ ਮੈਨੂੰ ਪਤਾ ਨਹੀਂ ਸੀਗਾ, ਤੇ ਨਾਲੇ ਨਾਇਆ ਫਾਤਮਾ ਵੀ ਜਿਵੇਂ ਬਹੁਤ ਤੰਗ ਕਰਦੀ ਹੈ, ਬਿਲਕੁਲ ਇਸ ਤਰ੍ਹਾਂ ਭਲੇਖਾ ਵੀ ਲੱਗ ਜਾਂਦਾ। ਹਾਂ ਬਹੁਤ ਤੰਗ ਕਰਦੀ, ਉਹਨੇ ਪਾਗਲ ਕੀਤੀ ਪਈ ਸੀ, ਬਹੁਤ ਤੰਗ ਕਰਦੀ ਹੈ, ਕਿ ਉਹ ਵੀ ਬਹੁਤ ਤੰਗ ਕਰਦੀ, ਵਿਚਾਰੀ ਉੱਥੇ ਕੀ ਕਰੇ। ਹਾਂ ਕਿ ਉਹ ਵੀ ਬਹੁਤ ਤੰਗ ਕਰਦੀ ਆ, ਤੇ ਫਿਰ ਨਾ ਮੈਂ ਕਿਹਾ ਚੱਲ ਮੈਂ ਤੈਨੂੰ ਪੂਰੀ ਕਰ ਦਿੰਦੀ ਹਾਂ, ਤੇ ਕਦੀ ਟਫ ਟੁਫ ਲਗਾ ਕੇ ਨਹੀਂ ਨਾ ਪੌਂਚੇ ਬਣਾਏ ਹੈਗੇ, ਫਿਰ ਇੱਕ ਦੋ ਦਫ਼ਾ ਮੈਂ ਕਿਹਾ, ਮੈਂ ਫਿਰ ਉਹਨੂੰ ਦੱਸਿਆ ਮੈਂ ਕਿਹਾ ਇਸ ਤਰ੍ਹਾਂ ਲਗਾਈ ਦੀ ਆ, ਅਤੇ ਇਸ ਤਰ੍ਹਾਂ ਫਿਰ ਨਾ ਪੌਂਚੇ ਜਿਹੜੇ ਹੈ ਨਾ ਫਿਰ ਸਹੀ ਬਣਦੇ ਆ। ਅੱਛਾ ਹੀਰਾ ਬੈਠੀ ਨੀਂਦ ਆ ਰਹੀ ਹੈ, ਅਸੀਂ ਆਪਣੀ ਵੀਡੀਓ ਤਾਂ ਇੱਥੇ ਹੀ ਐਂਡ ਕਰ ਦਿੰਦੇ ਹਾਂ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਰੱਬ ਸਾਂਭੇ ਵਾਲੇ ਰੱਬ ਰੱਖ ਅੱਲਾ ਹਾਫਿਜ਼।